ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਰਿਸ਼ਭ ਜੀ ਦੀ ਯਾਦ ਵਿੱਚ ਰੁੜਕਾ ਰੋਡ ਗੁਰਾਇਆ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਲੰਗਰ ਲਗਾਇਆ ਗਿਆ ਅਤੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਮੌਕੇ ਮੌਜੂਦ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਦੀ ਰਸਮ ਵਿੱਚ ਆਏ ਸਾਲ ਵਾਧਾ ਹੁੰਦਾ ਹੈ। ਸਵੇਰ ਨੂੰ ਛਬੀਲ ਦੀ ਸੇਵਾ ਚੱਲਦੀ ਹੈ ਅਤੇ ਇਸ ਤੋਂ ਉਪਰੰਤ ਰਿਸ਼ੀ ਮੰਦਿਰ ਤੋਂ ਮਹੰਤ ਆ ਕੇ ਭੰਡਾਰੇ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਤੋਂ ਉਪਰੰਤ ਲੰਗਰ ਸੰਗਤਾਂ ਵਿੱਚ ਅਤੂਟ ਵਰਤਾਇਆ ਜਾਂਦਾ ਹੈ। ਲੰਗਰ ਦੀ ਰਸਮ ਸ਼ਾਮ ਤੱਕ ਚੱਲਦੀ ਰਹਿੰਦੀ ਹੈ ਅਤੇ ਰਾਹਗੀਰਾਂ ਲਈ ਵੀ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਇਹ 15ਵਾਂ ਲੰਗਰ ਹੈ ਅਤੇ ਉਹਨਾਂ ਨੇ ਲੰਗਰ ਦੀ ਸੇਵਾ ਵਿੱਚ ਸਹਿਯੋਗ ਦੇਣ ਵਾਲੇ ਦਾਨੀ ਸੱਜਣ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਲੰਗਰ ਦੀ ਸੇਵਾ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਅਮਰੀਕ ਸਿੰਘ ਢਿੱਲੋਂ, ਮਦਨ ਲਾਲ ਰੰਧਾਵਾ, ਬਲਦੇਵ ਰਾਜ ਬਜਾਜ, ਡਾਕਟਰ ਭਗਵੰਤ ਕਿਸ਼ੋਰ, ਕੁਲਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਧਰਮਿੰਦਰ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ, ਹਰਮਿੰਦਰ ਸਿੰਘ, ਅਸਗਰ ਖਾਨ, ਨਿਸ਼ਾਨ, ਗੋਪੀ, ਬਿੱਟੂ, ਓਮ ਕੁਲਜੀਤ ਸਿੰਘ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਨਗਰ ਪੁਰਾਣਾ ਸ਼ਹਿਰ ਦੇ ਪਵਿੱਤਰ ਧਰਤੀ, ਰਿਸ਼ੀ ਮਹਾਰਾਜ ਜੀ ਦੀ ਪਵਿੱਤਰ ਧਰਤੀ ਹੈ, ਉਹਨਾਂ ਦੀ ਯਾਦ ਵਿੱਚ ਹਰ ਸਾਲ ਰੌਣਕਾ ਰੋਡ ਸਮੂਹ ਮੱਲਾ ਨਿਵਾਸੀਆਂ ਵੱਲੋਂ ਲੰਗਰ ਲਾਇਆ ਜਾ ਰਿਹਾ। ਔਰ ਇਹ ਲੰਗਰ ਜਿਹੜਾ ਹਰ ਸਾਲ ਜਿਹੜਾ ਲੱਗ ਰਿਹਾ, ਬੜਾ ਉਤਸ਼ਾਹ ਆ, ਹਰ ਸਾਲ ਲੰਗਰ ਜਿਹੜਾ ਵੱਧਦਾ ਜਾ ਰਿਹਾ ਔਰ ਸੇਵਾਦਾਰ ਵੀ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰਦੇ ਹੈ। ਔਰ ਸਵੇਰ ਤੋਂ ਇਹ ਛਬੀਲ ਚੱਲਦੀ ਹੈ, ਉਸ ਤੋਂ ਬਾਅਦ ਰਿਸ਼ੀ ਮਹਾਰਾਜ ਜੀ ਦੇ ਮੰਦਰ ਤੋਂ ਉੱਥੇ ਦੇ ਮਹੰਤ ਆ ਕੇ ਭੰਡਾਰੇ ਦੀ ਸ਼ੁਰੂਆਤ ਕਰਦੇ ਹੈ ਔਰ ਭੰਡਾਰੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਸੰਗਤ ਨੂੰ ਛਕਾਇਆ ਜਾਂਦਾ। ਇਹ ਲੰਗਰ ਲਗਭਗ ਸ਼ਾਮ ਤੱਕ ਚੱਲਦਾ ਰਹਿੰਦਾ ਹੈ ਔਰ ਸੰਗਤਾਂ ਮੰਨੀਆਂ ਜਾਂਦੀਆਂ ਰਹਿੰਦੀਆਂ ਔਰ ਇਲਾਕੇ ਭਰ ਤੋਂ ਸੰਗਤਾਂ ਜਿਹੜੀਆਂ ਸੜਕ ਵਿੱਚ ਆਵਾਜਾਈ ਸੰਗਤਾਂ ਉਹ ਵੀ ਇਹ ਲੰਗਰ ਛਕਦੀਆਂ ਔਰ ਦਿਨੋਂ ਦਿਨ ਸ਼ਹਿਰ ਦੇ ਸਹਿਯੋਗ ਦੇ ਨਾਲ ਲਗਭਗ ਇਹ 15ਵਾਂ 16ਵਾਂ ਲੰਗਰ ਆ। ਇਹ ਲੰਗਰ ਦਿਨੋਂ ਦਿਨ ਵੱਧਦਾ ਜਾ ਰਿਹਾ। ਅਸੀਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਲੰਗਰ ਨੂੰ ਆਪਾਂ ਚੜ੍ਹਦੀ ਕਲਾ ਵਿੱਚ ਰੱਖਣਾ, ਹਰ ਸਾਲ ਇਹ ਲੰਗਰ ਵੱਧ ਤੋਂ ਵੱਧ ਚੱਲਦਾ ਰਹੇ, ਸਹਿਯੋਗ ਕਰੋ। ਜਿਹੜੇ ਦਾਨੀ ਸੱਜਣਾਂ ਨੇ ਇਸ ਵਿੱਚ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਹਨਾਂ ਸੇਵਾਦਾਰਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਸਾਲਾਨਾ ਲੰਗਰ ਅਤੇ ਛਬੀਲ ਰੁੜਕਾ ਰੋਡ ਗੁਰਾਇਆ ਸਮੂਹ ਨਗਰ ਨਿਵਾਸੀ ਸਹਿਯੋਗ ਨਾਲ ਰਿਸ਼ੀ ਮਹਾਰਾਜ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 12 ਜੁਲਾਈ ਨੂੰ ਲਾਇਆ ਜਾਂਦਾ ਹੈ। ਮੈਂ ਧੰਨਵਾਦੀ ਹਾਂ ਜਿਹਨਾਂ ਸੱਜਣਾਂ ਨੇ ਗੋਬਦਾਨ ਭੇਜ ਕੇ ਲੰਗਰ ਵਿੱਚ ਹਿੱਸਾ ਲੈਂਦੇ ਹਨ ਅਤੇ ਜੋ ਸੇਵਾ ਕਰਦੇ ਹਨ, ਸਾਰਿਆਂ ਦਾ ਹੀ ਧੰਨਵਾਦੀ ਹਾਂ। ਅੱਗੇ ਤੋਂ ਵੀ ਇਹੀ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਵੱਧ ਚੜ੍ਹ ਕੇ ਲੰਗਰ ਵਿੱਚ ਹਿੱਸਾ ਪਾਉਣਗੇ ਤਾਂ ਜੋ ਇਹ ਲੰਗਰ ਇਸ ਤਰ੍ਹਾਂ ਹੀ ਚੱਲਦਾ ਰਹੇ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ। ਜੈ ਸ਼੍ਰੀ ਰਾਮ।